ਲਤੀਫ ਹੈ ਇਹ, ਪਰਮੰਡਲ ਮੋੜ ਦਾ ਏਰੀਆ, ਬੜੀ ਬੁਰੀ ਹਾਲਤ ਹੈ ਰੋਡ ਦੀ, ਰੋਡ ਦੇ ਖੱਡੇ ਬੜੇ ਨੇ, ਕਮ ਸੇ ਕਮ ਧੂੜ ਇੰਨੀ ਹੈ, ਮਿੱਟੀ ਪੂਰਾ ਦਿਨ ਡਸਟ ਕਰਨੇ ਭਰਾਉਂਦੇ ਰਹਿੰਦੇ ਹਾਂ। ਗਵਰਨਮੈਂਟ ਕੀ ਹੈ ਮੈਸੇਜ ਦਿੰਦੇ ਹਾਂ ਕਿ ਰੋਡ ਦੀ ਮੁਰੰਮਤ ਹੋਏ ਔਰ ਰੋਡ ਦੀ ਇਹਦੇ ਵਿੱਚ ਉਹ ਹੈ ਲੁੱਕ ਪਏ ਦੁਬਾਰਾ, ਬਸ ਇਹ ਹੈ ਗੌਰਮੈਂਟ ਦੀ, ਗੌਰਮੈਂਟ ਕੀ ਮੈਸੇਜ ਦਿੰਦੇ ਹਾਂ ਕਿ ਇਸੀ ਲੁੱਕ ਛੁੱਕ ਪਿਆ ਇਹਦੇ ਪਰ, ਥੋੜ੍ਹੀ ਨਾਲੀ ਸ਼ਾਲੀ ਬਣਿਆ ਸਾਈਡਾਂ ਪਰ, ਇਹ ਮੈਸੇਜ ਦਿੰਦੇ ਹਾਂ। ਜੇ ਰੋਡ ਹੈ ਜੋ ਬਹੁਤ ਖਰਾਬ ਹੈ, ਜੇ ਪਰਮੰਡਲ ਮੋੜ ਕੇ ਥੋੜ੍ਹਾ ਆਗੇ ਪੜਤਾ, ਜੇ ਵੀਰਪੁਰ ਮੇਂ ਪੜਤਾ, ਤੋ ਮੈਂ ਚਾਹਤਾ ਹੂੰ ਕਿ ਇਸ ਰੋਡ ਕੀ ਹਾਲਤ ਜੋ ਹੈ ਨਾ ਬਹੁਤ ਹੀ ਖਰਾਬ ਹੈ, ਤੋ ਇਸ ਕੀ ਮੁਰੰਮਤ ਕੀ ਜਾਏ। ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਰੋਡ ਦੀ ਹਾਲਤ ਹੈ ਇਹ ਬੜੀ ਗੰਭੀਰ ਹਾਲਤ ਹੈ। ਸਰ ਮੈਂ ਅਭੀ ਇਸ ਵੀਰਪੁਰ ਕੇ ਆਪਕੋ ਬਤਾਤਾ ਹੂੰ, ਯਹਾਂ ਸੇ ਲੇਕੇ ਪਰਮੰਡਲ ਮੋੜ ਤੱਕ ਆਪ ਜਾ ਦੇਖੋ, ਯਾ ਆਗੇ ਪੀਛੇ ਦੇਖੋ, ਕਿਆ ਹਾਲਤ ਹੈ ਰੋਡ ਕੀ, ਇਤਨਾ ਡਸਟ ਹੈ, ਇਤਨਾ ਡਸਟ ਹੈ ਕਿ ਮੈਂ ਚਾਹਤਾ ਹੂੰ ਕਿ ਗੌਰਮੈਂਟ ਕੋ ਥੋੜ੍ਹਾ ਇਸ ਬਾਰੇ ਮੇਂ ਦੇਖਣਾ ਚਾਹੀਏ ਕਿ ਯਹਾਂ ਪਰ ਲੋਕ ਚਲਤੇ ਹੈ, ਸਕੂਲ ਕੇ ਬੱਚੇ ਚਲਤੇ ਹੈ, ਸਭ ਚਲਤੇ ਹੈ, ਥੋੜ੍ਹਾ ਇਸ ਰੋਡ ਕੀ ਹਾਲਤ ਦੇਖੇ ਆਪ ਕਿਆ ਹੈ। ਇਸਕੋ ਬੋਲਤੇ ਹੈ ਕਿ ਹਮਾਰੀ ਇਹ ਹੈ ਜੀ ਸਮਾਰਟ ਸਿਟੀ ਹੈ, ਇਹ ਸਮਾਰਟ ਸਿਟੀ ਹੈ, ਗੰਦ ਦੇਖੋ ਕਿਤਨਾ ਨਾਲੀਓ ਮੇਂ ਪੜਾ ਹੁਆ ਹੋਤਾ ਹੈ ਗੰਦ, ਇਤਨਾ ਕਚਰਾ ਹੈ, ਮੈਂ ਚਾਹਤਾ ਹੂੰ ਕਿ ਗੌਰਮੈਂਟ ਇਸ ਇਨ ਕਾਮੋ ਕੇ ਲੀਏ ਥੋੜ੍ਹਾ ਐਕਸ਼ਨ ਲੇ, ਸਮਾਰਟ ਸਿਟੀ ਕਾ ਦਿਖਾਓ ਕਿ ਸਮਾਰਟ ਸਿਟੀ ਕਿਆ ਹੈ। ਥੈਂਕ ਯੂ, ਮੈਂ ਇਤਨਾ ਹੀ ਬੋਲਣਾ ਚਾਹੂੰਗਾ।